ਹਾਂ ਜੀ ਵੀਰ ਜੀ, ਆਹ ਵੇਖੋ ਪ੍ਰੂਫ, ਮੇਰਾ ਬੇਟਾ ਉੱਥੇ ਗਿਆ ਵਾ ਗੁਰਦੁਆਰੇ ਸਾਹਿਬ ਢੀਂਗਰਾ ਕਰਨੌਲੀ ਵਿੱਚ, ਨਿਸ਼ਾਨ ਅੰਦਰ ਜੇ ਇਹ ਬਾਹਰ ਆ ਕੇ ਬੂਟ ਪਾਉਣ ਡਿਆ ਆ। ਪੁਲਿਸ ਪ੍ਰਸ਼ਾਸਨ ਨੂੰ ਮੰਗ ਗਿਆ SSP ਸਾਹਿਬ ਨੂੰ ਵੀ ਆਹ ਰਿਕਾਰਡਿੰਗ ਇਹਨਾਂ ਦੀ ਚੰਗੀ ਤਰ੍ਹਾਂ ਸੁਣੋ, ਇਹ ਆਪ ਬੁਲਾਉਣ ਦਿਆ ਨਾ ਵੀ ਕੌਣ ਕੌਣ ਆ, ਆਪ ਕਹਿਣ ਦਿਆ ਵੀ ਚੰਗੀ ਤਰ੍ਹਾਂ ਡੂੰਘੋ ਵੀ ਲਾਹ ਵਿਆ ਨਿਸ਼ਾਨ ਆ, ਇਹ ਦੱਸ ਲਿਆ। ਉਹ ਗਾੜੀ ਕਹੀ ਜਾਂਦੀ ਹਾਂ ਹਾਂ ਲਾਹ ਵਿਆ, ਭਾਜੀ ਉਹਨੂੰ ਪਤਾ ਹੀ ਨਹੀਂ ਲਾਹ ਕੌਣ ਆ ਵੀ, ਇਹਨੇ ਆਪ ਦੱਸਿਆ ਆਹ ਰਿਕਾਰਡਿੰਗ ਭਾਜੀ ਇਹਨੇ ਜਿੱਦਣ ਵੀ ਉਹਦੀ ਡੈਥ ਹੋਈ ਆ ਨਾ, ਅਤੇ ਉੱਦਣ ਦੀ ਰਿਕਾਰਡਿੰਗ ਆ, ਉਹ ਤੋਂ 15-20-5-10 ਮਿੰਟ ਪਹਿਲਾਂ ਦੀ ਭਾਜੀ, ਇਹ ਆਪ ਬੁਲਾਉਣ ਦਿਆ। ਰਿਕਾਰਡਿੰਗ ਦੀ ਜਾਂਚ ਕਰੋ, ਸਾਫ਼ ਪਤਾ ਲੱਗਣ ਦਿਆ ਰੰਜਿਸ਼ ਬਾਜੀ ਦੇ ਕਰਨ ਕੋਈ। ਹਾਂਜੀ ਜਾਣ ਬੁੱਝ ਕੇ ਭਾਜੀ ਸਾਨੂੰ ਸਾਫ਼ ਕਰਾਓ, ਅਸੀਂ ਕੁਝ ਨਹੀਂ ਕੀਤਾ ਵੀ। ਔਰਤ ਦੇ ਕਤਲ ਮਾਮਲੇ ਦੇ ਵਿੱਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ। ਦੱਸ ਦਈਏ ਕਿ ਪੁਲਿਸ ਨੇ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਪਰਿਵਾਰਕ ਮੈਂਬਰ ਹੁਣ ਸਾਹਮਣੇ ਆਏ ਨੇ, ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਬੇਕਸੂਰ ਨੇ, ਤੇ ਜਿਸ ਸਮੇਂ ਇਹ ਕਤਲ ਦੀ ਵਾਰਦਾਤ ਹੋਈ ਤਾਂ ਇਹ ਬੱਚੇ ਜੋ ਸੀ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ ਸੀ। ਤਾਂ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਥਾਣਾ ਰਾਜਾ ਸੰਸੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਇੱਕ ਰਜਿੰਦਰ ਕੌਰ ਨਾਂ ਦੀ ਔਰਤ ਦਾ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਦੇ ਉੱਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਸੀ। ਦੱਸਿਆ ਜਾ ਰਿਹਾ ਕਿ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਵੀ ਪਤਾ ਲੱਗਾ ਸੀ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਕਿਸੇ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਸੀ ਕਿ ਮ੍ਰਿਤਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਪਰ ਉੱਥੇ ਦੂਜੀ ਧਿਰ ਵੀ ਸਾਹਮਣੇ ਆਈ ਹੈ, ਜਿਸ ਦਾ ਨਾਮ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਲੈ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਜਿਸ ਸਮੇਂ 'ਤੇ ਰਜਿੰਦਰ ਕੌਰ ਦਾ ਕਤਲ ਹੋਇਆ ਸੀ, ਉਸ ਸਮੇਂ ਉਹਨਾਂ ਦੇ ਬੱਚੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ ਸੀ, ਜਿਸ ਦੀ CCTV ਵੀਡੀਓ ਵੀ ਸਾਫ਼ ਦਿਖਾਈ ਦੇ ਰਹੀ ਹੈ, ਅਤੇ ਸਮਾਂ ਵੀ ਦਿਖਾਈ ਦੇ ਰਿਹਾ ਜਦੋਂ ਉਹ ਮੱਥਾ ਟੇਕ ਰਹੇ ਸਨ। ਅਤੇ ਦੂਜੇ ਪਾਸੇ ਉਸ ਔਰਤ ਦਾ ਕਤਲ ਕੀਤਾ ਗਿਆ ਸੀ, ਉੱਥੇ ਉਹਨਾਂ ਨੇ ਕੁਝ ਅਜਿਹੇ ਤੱਥ ਵੀ ਮੀਡੀਆ ਸਾਹਮਣੇ ਪੇਸ਼ ਕੀਤੇ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਲੋਕਾਂ ਨਾਲ ਕਿਵੇਂ ਕੁੱਟਮਾਰ ਕਰਦੇ ਹਨ। ਇੱਕ ਵੀਡੀਓ ਵੀ ਉਹਨਾਂ ਨੇ ਵਾਇਰਲ ਕੀਤੀ, ਜਿਸ ਵਿੱਚ ਇਹ ਇੱਕ ਨੌਜਵਾਨ ਨਾਲ, ਜਿਸ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਸੀ, ਉਸਨੂੰ ਘਰੋਂ ਚੁੱਕ ਕੇ ਇੱਕ ਕੋਠੀ ਵਿੱਚ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਉੱਥੇ ਉਹਨਾਂ ਦੇ ਕੋਲ ਵੀਡੀਓ ਵੀ ਸਾਫ਼ ਦਿਖਾਈ ਦੇ ਰਹੀ ਹੈ ਕਿ ਨਜਾਇਜ਼ ਹਥਿਆਰ ਵੀ ਨਜ਼ਰ ਆ ਰਹੇ ਹਨ। ਉੱਥੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬੱਚੇ ਬੇਕਸੂਰ ਹਨ, ਉਹਨਾਂ ਨੂੰ ਪੁਰਾਣੀ ਰੰਜਿਸ਼ ਦੇ ਚੱਲਦੇ ਝੂਠਾ ਫਸਾਇਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਬੱਚਿਆਂ ਨੂੰ ਫਸਾਉਣ ਦੇ ਪਿੱਛੇ ਖੁਦ ਮ੍ਰਿਤਕਾਂ ਦੇ ਪਤੀ ਨੇ ਹੀ ਆਪਣੇ ਪਤਨੀ ਦਾ ਕਤਲ ਕੀਤਾ ਹੋ ਸਕਦਾ ਹੈ। ਪਿੰਡ ਦੇ ਹੀ ਵਿੱਚ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ। ਉੱਥੇ ਇਸ ਪੀੜਤ ਪਰਿਵਾਰ ਨੇ ਇਨਸਾਫ਼ ਦੀ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਲਗਾਈ ਹੈ ਕਿ ਸਾਡੇ ਬੱਚੇ ਬੇਕਸੂਰ ਹਨ, ਉਹਨਾਂ ਦੇ ਨਾਲ ਇਨਸਾਫ਼ ਕੀਤਾ ਜਾਵੇ। ਤਾਂ ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਉਸ ਦਿਨ ਮੌਕੇ 'ਤੇ ਹੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਵੀਰ ਜੀ ਕੋਈ ਪਤਾ ਨਹੀਂ, ਕੋਈ ਆਪਸ ਮੇਂ ਇਹਨਾਂ ਦਾ ਕੋਈ ਝਗੜਾ ਹੀ ਮਾੜਾ ਮੋਟਾ ਹੀ, ਕੋਈ ਏਡੀ ਵੱਡੀ ਗੱਲ ਵੀ ਨਹੀਂ, ਕੋਈ ਵੈਰ ਨਹੀਂ, ਕਿਹੜੇ ਅਸੀਂ ਜ਼ਮੀਨਾਂ ਵਾਲੇ ਕਿ ਜਿਹੜਾ ਸਾਡਾ ਵੈਰ ਆ, ਮਾੜਾ ਮੋਟਾ ਹੀ ਕੋਈ ਆਪਸ ਮੇਂ ਇਹਨਾਂ ਦਾ ਕੋਈ ਝਗੜਾ ਵਾ। ਚਲੋ ਤੂੰ ਤੂੰ ਮੈਂ ਹੋਈ ਆ, ਹੋਈ ਗੱਲ ਰਾਤ ਹੋਈ ਜਿਹੜੀ ਹੋਈ ਆ, ਮੁੜ ਕੇ ਕੋਈ ਗੱਲ ਨਹੀਂ ਹੋਈ। ਮੇਰਾ ਬੇਟਾ ਗਿਆ ਮਾਲੀ, ਉੱਥੇ ਗੁਰਦੁਆਰੇ ਬੈਠਾ ਆ, ਜਦੋਂ ਇਹ ਵਾਰਦਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਵੀ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਆ ਗੋਲੀ ਮਾਰ ਕੇ, ਅਤੇ ਫਿਰ ਅਸੀਂ ਬੇਟੇ ਨੂੰ ਦੱਸਿਆ ਆ ਸੱਚਾਈ ਦਾ ਸਾਥ ਦਿਓ, ਤੁਸੀਂ ਵੇਖੋ ਜਾ ਕੇ ਕੱਢੋ ਉਹਦੀਆਂ ਲੋਕੇਸ਼ਨਾਂ ਕੱਢੋ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ, ਤੇ ਜਿਹੜੇ ਕੈਮਰੇ ਉਹਦੇ ਘਰੋਂ ਖੜੇ ਆ ਨਾ ਉਹਦੇ ਵੀ ਜਾ ਕੇ ਵੇਖੋ ਤੇ ਉਹ ਕੱਢੋ। ਜੇ ਮੇਰਾ ਬੇਟਾ ਗਲਤ ਆ ਤੇ ਅਸੀਂ ਆਪ ਪਿੱਛੇ ਹਟ ਜਾਂਦੇ, ਜਿੱਥੋਂ ਮਰਜ਼ੀ ਮੇਰੇ ਪੁੱਤ ਨੂੰ ਫੜ ਲਓ। ਜਿਹੜੀ ਬੀਬੀ ਰਾਣੀ ਗਈ ਮੈਨੂੰ ਉਹਦਾ ਵੀ ਦੁੱਖ ਆ,
ਕਿਉਂਕਿ ਉਹਦਾ ਵੀ ਬੱਚਾ ਛੋਟਾ ਤੇ ਮੇਰੇ ਬੱਚੇ ਦਾ ਬੱਚਾ ਤੇ ਬਿਲਕੁਲ ਛੋਟਾ ਆ, ਉਹਦਾ ਸਾਰਾ ਖਰੇ ਹੈਗਾ 12 ਤੇ 13 ਦੇ ਵਰਿਆਂ ਦਾ ਆ, ਕੋਈ ਜ਼ਿਆਦਾ ਵੱਡਾ ਨਹੀਂ ਆ। ਸਾਨੂੰ ਉਹਦਾ ਵੀ ਦੁੱਖ ਬਹੁਤ ਆ ਤੇ ਮੇਰੇ ਬੱਚੇ ਦੇ ਬੱਚੇ ਵੱਲ ਵੀ ਵੇਖਿਆ ਜਾਵੇ ਵੀ ਇਹ ਕੀ ਕਰਨ ਡਿਆ, ਉਹਨੂੰ ਇੰਨਾ ਕਰ ਸਕਦਾ। ਅਤੇ ਮੈਂ ਤਾਂ ਇਹੋ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਮੇਰੇ ਬੱਚੇ ਦਾ ਸਾਥ ਦਿਓ, ਸੱਚਾਈ ਦਾ ਸਾਥ ਦਿਓ, ਵੇਖੋ ਜੋ ਵੀ ਕੁਛ ਹੈਗਾ। ਵੱਡੇ ਕਿਸੇ ਅਫਸਰ ਨੂੰ ਮਿਲੇ ਹੋ? ਮੈਂ ਨਹੀਂ ਹਜੇ ਭਾਅ ਜੀ ਕਿਸੇ ਨੂੰ ਮਿਲੀ, ਮੇਰੇ ਬੇਟਿਆਂ ਦਾ ਨਾਂ ਲਾ ਦਿੱਤਾ ਆ। ਮੇਰਾ ਤਾਂ ਬੇਟਾ ਉੱਥੇ ਹੈਗਾ ਹੀ ਨਹੀਂ ਆ, ਇਹਨਾਂ ਆਪ ਹੀ ਪਤਾ ਨਹੀਂ ਰਲੀ ਭੁਗਤ ਕਰਕੇ। ਨਹੀਂ ਤਾਂ ਮੈਨੂੰ ਇਹ ਦੱਸੋ ਵੀ ਹੁਣ ਬੇਗਾਨਾ ਬੰਦਾ ਤੁਸੀਂ ਮੀਡੀਆ ਵਾਲੇ, ਮੈਨੂੰ ਤੁਹਾਡਾ ਨਾਂ ਨਹੀਂ ਵੀਰ ਪਤਾ ਵੀ ਕਿ ਤੁਹਾਡਾ ਨਾਂ ਕੀ ਹੈ ਅਤੇ ਕੀ ਨਹੀਂ, ਜਾਂ ਤੁਸੀਂ ਮੈਨੂੰ ਦੱਸੋਗੇ ਤੇ ਜਾਂ ਕੋਈ ਦੱਸੂਗਾ ਫਿਰ ਹੀ ਮੈਨੂੰ ਪਤਾ ਲੱਗਣਾ। ਉਹਨੇ ਆਪਣੇ ਘਰ ਦੀ ਨੂੰ ਦੱਸਿਆ ਵੀ ਨਾ ਆਹ ਲਈ ਨਾ ਲਵ ਦਾ ਨਾਂ ਲਈ, ਨਿਸ਼ਾਨ ਦਾ ਨਾਂ ਲਈ। ਉਹਨੂੰ ਕਰਮਾਂ ਵਾਲੀ ਨੂੰ ਵੀ ਨਹੀਂ ਵਿਚਾਰੀ ਨੂੰ ਪਤਾ ਹੋਣਾ ਵੀ ਇਹ ਮੇਰੇ ਖੂਨ ਦੇ ਪਿਆਸੇ ਬਣੇ ਆ, ਅਤੇ ਉਹ ਉਤਰਾ ਹੀ ਨਾਂ ਲਈ ਗਈ। ਤਾਂ ਅਸੀਂ ਤਾਂ ਜਦੋਂ ਵੇਹਨੇ ਆਉਂਦੇ ਹਾਂ ਵੀ ਤਦ ਤੱਕ ਤੈਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਮੇਰੀ ਡੈਰ ਕਰਨ ਹੈ। ਅਤੇ ਅਸੀਂ ਇਹੋ ਆਉਂਦੇ ਹਾਂ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਵੀ, ਅਫਸਰਾਂ ਦਾ ਵੀ, ਵੀ ਜੋ ਵੀ ਸੱਚਾਈ ਸੱਚਾਈ ਸਾਹਮਣੇ ਲਿਆਓ। ਵੀਰ ਜੀ ਇਹਨਾਂ ਨੇ ਗਲਤ ਕੀਤਾ, ਸਾਡਾ ਮੇਰੇ ਭਰਾ ਦਾ ਨਹੀਂ ਇਹ ਨਾਂ ਲਾ ਤਾ ਇਹਨਾਂ ਨੇ। ਮੇਰਾ ਭਰਾ ਉਸ ਵਕਤ ਨਿਸ਼ਾਨ ਵੀਰ ਤੇ ਲਾਵੀਰ ਉਦੋਂ ਮੱਥਾ ਟੇਕਣ ਦੇ ਸੀ ਗੁਰਦੁਆਰੇ, ਸਾਡੇ ਕੋਲ ਵੀਡੀਓ ਹੈਗੀ ਵੀਰ ਜੀ ਢਿੰਗਰਾ ਕਰਨ ਲਈ। ਵੀਰ ਜੀ ਇਹ ਆਪ ਗੈਂਗਸਟਰ ਨਾ ਕੋਈ ਆਖੋ ਪਿਸਤੌਲ ਹੈਗੇ, ਸਾਡੇ ਕੋਲ ਵੀਡੀਓ ਹੈਗੀ ਵੀਰ ਜੀ ਆਖੋ ਮੁੰਡੇ ਨੂੰ ਕੁੱਟਣ ਦੇ, ਮੁੰਡੇ ਨੂੰ ਟੈਰੋਗੇਟ ਕਰ ਦੇਣਾ ਨੇ, ਉਹ ਕੋਠੀ ਰਹੀ ਦੱਸਣਾ ਨੇ ਆਪਣੀ ਘਰ ਦੀ ਮਾਰੀ ਆ ਭਾਈ। ਉਹਨਾਂ ਨੂੰ ਪਤਾ ਹੋਇਆ ਵਾਧੂ ਮੁੰਡਿਆਂ ਨੂੰ ਲੈ ਕੇ ਆਉਂਦੇ ਨੇ ਟੈਰੋਗੇਸ਼ਨ ਕਰਦੇ ਉੱਥੇ, ਸਾਡੇ ਕੋਲ ਆਖੋ ਆਹ ਵੀਡੀਓ ਨਾ ਕੋ ਭਾਈ ਆਪਣੇ ਪਿਸਤੌਲ ਹੈਗੇ ਆ, ਇਹਦੇ ਭਰਾ ਭੇਜੇ ਨੇ ਪਿਸਤੌਲ ਆਇਆ ਡੱਬ ਜਾ ਆਖੋ ਇੱਥੇ ਆਖ ਮੁੰਡੇ ਨੂੰ ਕੁੱਟਣ ਦੇ ਭਾਈ ਕਿੱਦਾਂ ਭਾਜੀ ਨਹੀਂ ਮੰਨਾ ਆਪ ਕੁੱਟਣ ਦਿਆ ਆ ਇਹਨਾਂ ਨੂੰ, ਇਹਨੂੰ ਚੁੱਕ ਕੇ ਲਿਆਂਦਾ ਭਾਈ ਜੀ ਮੁੰਡਾ ਪਤਾ ਨਹੀਂ ਇਹਨਾਂ ਨਾਲ ਲੜਿਆ ਲੁੜਿਆ ਸੀ ਕਿਹਦੇ ਨਾਲ, ਚੁੱਕ ਕੇ ਲਿਆਂਦਾ ਆਖੋ ਕਿੱਦਾਂ ਮਾਰਨ ਦੇ ਇਹਨੂੰ। ਹਾਂਜੀ ਇਹ ਭਾਈ ਗੈਂਗਸਟਰ ਆ ਵੀ ਗਲਤ ਕੰਮ ਕਰਦੇ ਸਾਰੇ ਭਾਈ, ਨਸ਼ੇ ਵੇਚਦੇ ਆਪਣੇ ਆਖੋ, ਇਹਨਾਂ ਨੇ ਕਿਤੇ ਨਸ਼ੇ ਨੁਸ਼ੇ ਦੇ ਪੈਸੇ ਲੈਣੇ ਹੀ ਅਰਕੋਂ, ਅਤੇ ਭਾਈ ਉਹ ਮੁੰਡੇ ਨੇ ਪੈਸੇ ਨਹੀਂ ਤੇ ਤਾਂ ਨਹੀਂ ਚੁੱਕ ਲਿਆਂਦਾ ਆਖੋ ਕਿੱਦਾਂ ਕੁੱਟਣ ਦੇ ਆਖੋ ਮੰਨੇ, ਉਹਨੇ ਭੇਜੇ ਨੇ ਪਿਸਤੌਲ ਲੜਾਇਆ ਇਹ ਮੰਨੇ ਦੇ ਭਰਾ ਨੇ। ਹਾਂਜੀ ਸਾਨੂੰ ਜਾਣ ਬੁੱਝ ਕੇ ਫਸਾਇਆ ਜੇ, ਹਾਂਜੀ ਪ੍ਰਸ਼ਾਸਨ ਨੂੰ ਅਪੀਲ ਜੇ ਵੀ ਮਾਰਾ ਸਾਨੂੰ ਇਨਸਾਫ਼ ਕਰਿਓ ਸਾਡਾ, ਤੁਸੀਂ ਇਨਕੁਆਇਰੀ ਲਾਓ ਵੀ ਜੇ ਸਾਡਾ ਭਰਾ ਇਹੋ ਜਿਹਾ ਗਲਤ ਕੰਮ ਹੋਊਗਾ ਤਾਂ ਅਸੀਂ ਆਪ ਫੜਾਵਾਂਗੇ ਆਪਣੇ ਭਰਾ ਨੂੰ, ਅਤੇ ਜੇ ਤੁਸੀਂ ਇਨਕੁਆਇਰੀ ਲਾਓ ਵੀ ਪੂਰੀ ਜਾਂਚ ਕਰੋ ਵੀ ਇਹਨਾਂ ਦੀ, ਇਹ ਸਾਰੇ ਪਿੰਡ ਨੂੰ ਪਤਾ ਵੀ ਇਹਨੇ ਆਪਣੀ ਘਰ ਦੀ ਆਮ ਮਾਰੀ ਜੇ ਭਾਜੀ। ਮੇਰੇ ਬੇਟੇ ਦਾ ਵੀ ਗਲਤ ਨਾਂ ਆ ਰਿਹਾ, ਮੇਰਾ ਬੇਟਾ ਵੀ ਉਸ ਵਕਤ ਢੀਂਗਰਾ ਕਰਨ ਵਾਲੀ ਗੁਰਦੁਆਰੇ ਸਾਹਿਬ ਮੱਥਾ ਟੇਕ ਰਿਹਾ ਸੀ, ਹਾਂਜੀ ਦੋਵੇਂ ਜਾਣੇ ਮੱਥਾ ਟੇਕ ਰਿਹਾ ਸੀ ਕਿ ਇਹ ਗਲਤ ਕਰ ਰਿਹਾ ਕਿ ਲੜਾਈ ਹੋਈ ਆ, ਰਾਤ ਹੋਈ ਆ ਇਹ ਇਹਨਾਂ ਨੇ ਲੜਾਈ ਸਾਰਿਆਂ ਦੀ ਹੁੰਦੀ ਆ, ਕਦੀ ਥੋੜ੍ਹੀ ਹੁੰਦੀ। 11:30 ਇਹਨਾਂ 11:30 ਆਉਂਦੇ ਕਤਲ ਹੋਇਆ, ਤਾਂ ਉਦੋਂ ਇਹ ਗੁਰਦੁਆਰੇ ਸਾਹਿਬ ਮੱਥਾ ਟੇਕਣ ਡਿਆ ਸੀ, ਅਤੇ ਇਹਨਾਂ ਦੇ ਵਿੱਚ ਕੋਈ ਹੱਥ ਨਹੀਂ ਹੈਗਾ। ਕਾਹਦੀ ਗੱਲੋਂ ਨਾ ਕਾਹਦੀ ਗੱਲੋਂ ਲੈਂਦਾ, ਕੋਈ ਪੁਰਾਣੀ ਰੰਜਿਸ਼ ਹੈ ਉਹਨਾਂ ਨੂੰ? ਨਹੀਂ ਇਹਦੀ ਕੋਈ ਰੰਜਿਸ਼ ਨਹੀਂ ਹੈਗੀ, ਕੋਈ ਮਾੜਾ ਮੋਟਾ ਲੜਾਈ ਝਗੜਾ ਕੋਈ ਹੈਗਾ ਸੀ ਇਹਨਾਂ ਦਾ, ਹੋਰ ਤਾਂ ਕੋਈ ਗੱਲਬਾਤ ਨਹੀਂ ਹੈਗੀ। ਅਤੇ ਇਹੀ ਹੈ ਕਿ ਇਨਸਾਫ਼ ਦਿੱਤਾ ਜਾਵੇ ਮੇਰੇ ਬੱਚੇ ਦੀ, ਛੋਟੀ ਜਿਹੀ ਬੇਟੀ ਆ 1.5 ਸਾਲ ਦੀ, ਕਿਰਪਾ ਕਰਕੇ। ਅਤੇ ਇਹੋ ਹੀ ਸਰਕਾਰ ਪੁਲਿਸ ਅਫਸਰਾਂ ਨੂੰ ਬੇਨਤੀ ਹੈ ਕਿ ਸਾਡੇ ਇੱਥੇ ਬੱਚਿਆਂ ਨੂੰ ਇਨਸਾਫ਼ ਦਵਾਓ, ਕੋਈ ਇਨਕੁਆਇਰੀ ਕਰਾਓ, ਸਭ ਕੁਛ ਵੇਖੋ ਕਿ ਸਾਡੇ ਬੱਚਿਆਂ ਨੂੰ ਇਨਸਾਫ਼। ਵੱਡੇ ਪ੍ਰਸ਼ਾਸਨ ਨੂੰ ਮਿਲੇ ਨਹੀਂ ਵੀ ਸਾਡਾ ਨਜਾਇਜ਼ ਆ ਰਿਹਾ ਨਾ? ਹੁਣ ਮਿਲਾਂਗੇ ਕਿ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਹਾਂ, ਅਸੀਂ ਪੁਲਿਸ ਅਫਸਰਾਂ ਨੂੰ ਕਿ ਸਾਡੇ ਬੱਚਿਆਂ ਦੀ ਇਨਕੁਆਇਰੀ ਲਾਈ ਜਾਵੇ, ਸੱਚਾਈ ਸਾਹਮਣੇ ਲਿਆਈ ਜਾਵੇ। ਜੇ ਸਾਡੇ ਬੱਚੇ ਗਲਤ ਹੋਣਗੇ ਤਾਂ ਅਸੀਂ ਆਪ ਉਹਨਾਂ ਨੂੰ ਫੜਾਵਾਂਗੇ। ਨਜਾਇਜ਼ ਨਾਂ ਲਿਖਾਈ? ਹਾਂਜੀ ਨਜਾਇਜ਼ ਉਹਨਾਂ ਸਾਡੇ ਬੱਚਿਆਂ ਦਾ ਨਾਂ ਲਿਖਾਇਆ, ਫਿਰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਇਨਸਾਫ਼ ਦਵਾਇਆ ਜਾਵੇ ਸਾਡੇ ਬੱਚੇ। ਸਮਝਦੇ ਹੋ ਜਿਹੜੀ ਪੁਰਾਣੀ ਰੰਜਿਸ਼ ਸੀ ਉਹਦੇ ਕਰਕੇ ਨਾਂ ਲਿਖਵਾਇਆ ਗਿਆ? ਹਾਂਜੀ ਹਾਂਜੀ ਇਸੇ ਕਰਕੇ ਕੀਪ ਦਾ ਨਾਂ ਆਪ ਨਹੀਂ ਕਰਕੇ ਗੋਲੀ ਮਾਰ ਕੇ ਅਤੇ ਇਹਨਾਂ ਦਾ ਨਾਂ ਲਾ ਤਾ।